ਪੀਆਰ ਪੰਜਾਬ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀਆਂ ਕਹਿੰਦੇ ਆ ਜੀ ਸਰਦਾਰ ਬਲਵੀਰ ਸਿੰਘ ਜੜੀਆ ਸਾਹਿਬ ਨੂੰ, ਜੜੀਆ ਸੀਡ ਫਾਰਮ ਅਮਲੋਹ ਤੋਂ। ਤੋ ਜੜੀਆ ਸਾਹਿਬ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਤੋ ਕਿਸਾਨ ਮੇਲੇ ਦੇ ਉੱਤੇ ਅੱਜ ਆਉਂਦਿਆਂ ਸਾਰ ਅਸੀਂ ਕਿਸਾਨ ਮੇਲਾ ਯੂਨੀਵਰਸਿਟੀ PAU 'ਚ ਹੈਗਾ ਜਿਹੜਾ ਚੱਲ ਰਿਹਾ, ਉਹਦੇ 'ਚ ਆਏ ਸੀਗੇ। ਤਾਂ ਉੱਥੇ ਸਭ ਤੋਂ ਪਹਿਲਾਂ ਜੜੀਆ ਸਾਹਿਬ ਨੂੰ ਮਿਲੇ ਹਾਂ। ਤੋ ਜੜੀਆ ਸਾਹਿਬ ਹੁਣ ਆਉਣ ਵਾਲੇ ਸਮੇਂ 'ਚ ਪਹਿਲਾਂ ਜਿਹੜਾ ਹੈਗਾ ਆਪਣੇ ਕੋਲ ਆਊਗਾ ਜੀ ਝੋਨੇ ਔਰ ਬਾਸਮਤੀ ਦੇ ਵਿੱਚ। ਝੋਨੇ ਔਰ ਬਾਸਮਤੀ 'ਚ ਆਪਣੇ ਕੋਲ ਜੀ ਇਸ ਵਕਤ ਕਿਹੜੀਆਂ ਜਿਹੜੀਆਂ ਕਿਸਮਾਂ ਅਵੇਲੇਬਲ ਹੈਗੀਆਂ ਨੇ? ਮੇਰੇ ਕੋਲ PR 126 ਕਰਕੇ ਵਰਾਇਟੀ ਹੈ ਜੀ। ਜੀ PR 127 ਹੈ, PR 128 ਹੈ ਜੀ, ਤੇ ਬਾਸਮਤੀ ਦੇ ਵਿੱਚ 1121, 1718, 1885, 1509, 1692, 1847 ਜਿਹੜੀ ਇਸੇ ਸਾਲ ਹੈ ਯੂਨੀਵਰਸਿਟੀ ਨੇ ਰਿਲੀਜ਼ ਕਰੀ ਆ ਜੀ। ਅੱਛਾ ਜੀ। ਤੇ ਇਹ ਜਿਹੜੀ ਵਰਾਇਟੀ ਹੈ ਇਹਦੇ 'ਚ ਨੈਕ ਬਲਾਸਟ ਜਿਹਨੂੰ ਕਹਿੰਦੇ ਹਾਂ ਅਸੀਂ, ਉਹ ਨਹੀਂ ਆਊਗਾ ਜੀ, ਤੇ ਝੁਲਸ ਰੋਗ ਤੋਂ ਵੀ ਇਹ ਵਰਾਇਟੀ ਰਹਿ ਤਾ। ਇਹ ਸਾਰੀਆਂ ਟੈਸਟਡ ਵਰਾਇਟੀਜ਼ ਨੇ? ਹਾਂ, ਜਿਹੜੀ PR 126 ਹੈ, PR 127 ਹੈ, PR 128 ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਬਹੁਤ ਅੱਛੀਆਂ ਵਰਾਇਟੀਆਂ ਨੇ। ਜਿਹੜੀ PR 126 ਜਿਹੜੀ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਕਬਾ PR 126 ਦੇ ਹੇਠ ਹੈ, ਅਤੇ ਇਹ ਜਿਹੜੀ ਵਰਾਇਟੀ ਹੈ ਇਹਦੇ ਨਾਲ ਪੰਜਾਬ ਦਾ ਜਿਹੜਾ ਪਾਣੀ ਆ ਉਹ ਬਹੁਤ ਜ਼ਿਆਦਾ ਬਚਦਾ। ਅੱਛਾ ਜੀ। ਅਤੇ ਇਹਦੀ ਜਿਹੜੀ ਪਨੀਰੀ ਆ ਉਹ 20-25 ਦਿਨ ਤੋਂ ਉੱਤੇ ਨਹੀਂ ਹੋਣੀ ਚਾਹੀਦੀ, ਅਤੇ ਜਿੰਨੀ ਅਸੀਂ ਇਹਨੂੰ ਲੇਟ ਲਾਉਂਦੇ ਨੇ ਕਿਸਾਨ ਉਨਾ ਇਹਦਾ ਝਾੜ ਜ਼ਿਆਦਾ ਹੁੰਦਾ ਹੈ। ਅੱਛਾ। ਕਹਿ ਲਓ ਵੀ ਪਾਣੀ ਨੂੰ ਬਚਾਉਣ ਖਾਤਰ ਇਹ ਸਭ ਤੋਂ ਬਿਹਤਰ ਵਰਾਇਟੀ ਆ, ਸਭ ਤੋਂ ਵੱਧ ਰਕਬਾ ਪੰਜਾਬ ਦੇ ਵਿੱਚ ਇਸ ਵੇਲੇ PR 126 ਹੈ। ਅਤੇ ਜਿਹੜਾ ਆਪਣੇ ਹਰ ਤਰ੍ਹਾਂ ਦੀ ਜ਼ਮੀਨ ਜਿਹੜੀ ਪੰਜਾਬ ਦੀ ਹੈਗੀ ਆ ਉਹਦੇ ਲਈ ਇਹ ਕੰਪੈਟੀਬਲ ਹੈਗੀ ਆ? ਹਾਂ, PR ਹੋ ਜੂਗੀ। PR 126 ਜਿਹੜੀ ਵਰਾਇਟੀ ਆ ਸਾਰੇ ਪੰਜਾਬ 'ਚ ਨਹੀਂ ਬਲਕਿ ਦੂਜੀਆਂ ਸਟੇਟਾਂ ਦੇ ਵਿੱਚ ਵੀ ਕਹਿ ਸਕਦੇ ਹਾਂ ਬਹੁਤ ਵੱਡੇ ਰਕਬੇ 'ਤੇ ਲੱਗ ਰਹੀ ਹੈ। ਅਤੇ ਇਹ ਜਿਹੜੀ ਵਰਾਇਟੀਆਂ ਨੂੰ ਥੋੜ੍ਹਾ ਜਿਹਾ ਹਰਦੀ ਰੋਗ ਆਉਂਦਾ ਕਈ ਵਾਰੀ ਜਦੋਂ ਜਿਸਰਦੇ ਆ ਬੱਦਲਵਾਈ ਹੁੰਦੀ ਆ, ਉਦੋਂ ਫਿਰ ਪੰਜਾਬ ਯੂਨੀਵਰਸਿਟੀ ਦੀਆਂ ਜਿਹੜੀਆਂ ਰਿਕਮੈਂਡਡ ਦਵਾਈਆਂ ਨੇ ਜੀ, ਜਿਵੇਂ ਉਹ ਸਪਰੇਅ ਕਰੋ ਅਤੇ ਪਾਣੀ ਆ ਜਿਹੜਾ ਉਦੋਂ ਜਦੋਂ ਨਿਸਰਦੀ ਆ ਘੱਟ ਲਾਓ, ਅਤੇ ਫਿਰ ਇਹ ਜਿਹੜੀ ਵਰਾਇਟੀ ਆ ਸਭ ਤੋਂ ਬਿਹਤਰ ਹੈ। ਇਸ ਤਰ੍ਹਾਂ ਹੀ ਯੂਨੀਵਰਸਿਟੀ ਦੀ ਵਰਾਇਟੀ ਆ ਕਣਕ ਦੀ PVW 826, ਉਹਦੇ ਹੇਠ ਵੀ ਕਹਿ ਸਕਦੇ ਹਾਂ ਪੰਜਾਬ ਦੇ ਵਿੱਚ ਇਸ ਸਾਲ ਸਭ ਤੋਂ ਜ਼ਿਆਦਾ ਰਕਬਾ ਹੈ, ਅਤੇ ਸਭ ਤੋਂ ਵੱਧ ਝਾੜ ਦੇ ਵਾਲੀ ਵਰਾਇਟੀ ਆ, ਉਹ ਵੀ ਮੈਂ ਆਪਣੇ ਫਾਰਮ ਦੇ ਉੱਤੇ ਬਹੁਤ ਵੱਡੇ ਲੈਵਲ 'ਤੇ ਲਾਈ ਆ। ਜਿਹੜੀ ਤੁਸੀਂ ਕਹਿੰਦੇ ਹੋ ਵੀ ਤੁਸੀਂ ਬਹੁਤ ਵੱਡੇ ਪੱਧਰ 'ਤੇ ਇਹ ਲਗਾਈ ਹੋਈ ਆ, ਉਹਦੀ ਡਿਮਾਂਡ ਸਭ ਤੋਂ ਜ਼ਿਆਦਾ ਇਸ ਵਕਤ? ਹਾਂ, ਜਿਹੜੀ PR 126 ਜੀਰੀ ਹੈਗੀ ਆ ਪਰਮਲ ਦੇ ਵਿੱਚ, ਇਹਦੀ ਵੀ ਡਿਮਾਂਡ ਸਭ ਤੋਂ ਜ਼ਿਆਦਾ ਹੈ, ਪਿਛਲੇ ਸਾਲ ਵੀ ਸਭ ਤੋਂ ਜ਼ਿਆਦਾ ਰਹੀ ਹੈ। ਜਿਹੜੀ ਕਣਕ ਹੈ PR 826, ਉਹਦੀ ਡਿਮਾਂਡ ਹੈ ਜਿਹੜੀ, ਉਹ ਵੀ ਸਭ ਤੋਂ ਜ਼ਿਆਦਾ ਹੈ। ਅਤੇ ਜੜੀਆ ਸਾਹਿਬ ਇਹਦੇ ਵਿੱਚ ਜਿਵੇਂ ਹੁਣ ਆਪਾਂ ਅੱਗੋਂ ਆਪਾਂ ਨੂੰ ਪਤਾ ਝੋਨੇ ਦੇ ਬਾਸਮਤੀ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਥੋੜ੍ਹੇ ਚਿਰ ਬਾਅਦ, ਅਤੇ ਤੁਸੀਂ ਕਿੰਨੇ ਤਰੀਕ ਤੋਂ ਇਹ ਬੀਜ ਜਿਹੜਾ ਅਵੇਲੇਬਲ ਹੋ ਜਾਏਗਾ, ਜਾਂ ਆਪਾਂ ਕਹਿ ਸਕਦੇ ਕਿਸਾਨਾਂ ਨੂੰ ਕਿ ਉਹ ਆ ਸਕਦੇ ਨੇ ਜੀ, ਤੁਹਾਨੂੰ ਮਿਲ ਸਕਦੇ? ਮੈਂ ਜਿੰਨੇ ਵੀ ਬੀਜ ਨੇ ਉਹ ਪੰਜਾਬ ਯੂਨੀਵਰਸਿਟੀ ਤੋਂ ਬ੍ਰੀਡਰ ਸੀਡ ਲੈਣਾ ਜੀ, IAR ਤੋਂ ਲੈਣਾ, ਪੂਸਾ ਤੋਂ, ਅਤੇ ਕਰਨਾਲ ਤੋਂ ਜਿਹੜੇ ਕਣਕ ਦੇ ਬੀਜ ਨੇ, ਅਤੇ ਹੰਸਾਰ ਯੂਨੀਵਰਸਿਟੀ ਤੋਂ। ਇਹ ਮੈਂ ਸਾਰੇ ਬੀਜ ਇੰਨੇ ਲੈਣਾ ਸੀਡ ਸਰਟੀਫਿਕੇਸ਼ਨ ਅਥਾਰਟੀ ਤੋਂ ਪਾਸ ਕਰਾ ਕੇ ਉਹ ਤੋਂ ਬਾਅਦ ਇਹਨਾਂ ਨੂੰ ਵੱਢਣਾ, ਅਤੇ ਹੁਣ ਮੈਂ ਜਿਹੜੇ ਬੀਜ ਨੇ ਤਕਰੀਬਨ ਵੱਢਣੇ ਸ਼ੁਰੂ ਕਰਤੇ ਨੇ, ਸਾਰੇ ਬੀਜ ਨੇ ਜਿਹੜੇ ਤਿਆਰ ਨੇ। ਸਾਰੇ ਬੀਜ ਤਿਆਰ ਨੇ ਜੀ ਇਸ ਵਕਤ? ਤਿਆਰ ਨੇ। ਅਤੇ ਸਾਰੀਆਂ ਵੈਰਾਈਟੀਜ਼ ਜਿੰਨੀਆਂ ਤੁਸੀਂ ਗਣਾਈਆਂ ਨੇ ਸਾਰੀਆਂ ਅਵੇਲੇਬਲ ਨੇ? ਹਾਂਜੀ, ਸਾਰੀਆਂ ਅਵੇਲੇਬਲ ਨੇ। ਤੋ ਹੁਣ ਇਸ ਵਕਤ ਜਿਹੜਾ ਨੰਬਰ ਇਹਨਾਂ ਦਾ ਥੱਲੇ ਡਿਸਪਲੇ ਕਰਦਾ ਪਿਆ ਆ, ਅਤੇ ਆਪਾਂ ਜਿਹੜੇ ਵੀ ਦੋਸਤ ਸਾਡੇ ਚਾਹੁੰਦੇ ਆ ਕਿ ਅੱਗੋਂ ਆਪਾਂ ਜੜੀਆ ਸੀਡ ਫਾਰਮ ਦੇ ਕੋਲੋਂ ਬੀਜ ਜਿਹੜਾ ਬੁੱਕ ਕਰਾਉਣਾ, ਅਤੇ ਉਹ ਜੜੀਆ ਸਾਹਿਬ ਨਾਲ ਕੰਟੈਕਟ ਕਰ ਸਕਦੇ ਆ, ਥੱਲੇ ਨੰਬਰ ਡਿਸਪਲੇ ਕਰ ਰਹੇ ਆ। ਔਰ ਇਸ ਤੋਂ ਇਲਾਵਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਨਾਂ ਦਾ ਸਾਰਾ ਐਡਰੈਸ ਔਰ ਆਪਾਂ ਨੰਬਰ ਦਿੱਤੇ ਹੋਏ ਆ, ਤੁਸੀਂ ਚੈੱਕ ਕਰ ਲੈਣਾ। ਔਰ ਜੜੀਆ ਸਾਹਿਬ ਤੁਸੀਂ ਪਰਸਨਲੀ ਕੀ ਰੈਕਮੈਂਡ ਕਰਦੇ ਹੈਗੇ ਆ ਵੀ ਜਿਹੜੀਆਂ ਇਹਨਾਂ 'ਚੋਂ, ਜੇ ਆਪਾਂ ਕਹਿੰਦੇ ਹਾਂ ਵੀ ਇੱਕ ਕਿਸਾਨ ਕਹਿੰਦਾ ਵੀ ਯਾਰ ਮੈਂ ਬੈਸਟ ਝਾੜ ਲੈਣਾ, ਜਾਂ ਘੱਟ ਤੋਂ ਘੱਟ ਜਿਹੜੀ ਸਭ ਤੋਂ ਸੇਫੈਸਟ ਜਿਹੜੀਆਂ ਨਸਲਾਂ ਨੇ, ਕਿਸਮਾਂ ਜਿਹੜੀਆਂ ਆ,
ਉਹ ਕਿਹੜੀਆਂ ਤੁਹਾਨੂੰ ਲੱਗਦੀਆਂ ਨੇ ਕਿਹੜੀਆਂ? ਮੈਂ ਸਮਝਦਾ ਝੋਨੇ ਦੇ ਵਿੱਚ ਤਾਂ ਸਭ ਤੋਂ ਜਿਹੜੀ ਸਾਡੀ ਬੈਸਟ ਵਰਾਇਟੀ ਆ PS 26 ਝੋਨਾ ਹੈਗਾ, ਜਿਹੜਾ ਸਾਰਿਆਂ ਤੋਂ ਜਲਦੀ ਪੱਕਦਾ ਤੇ ਸਭ ਤੋਂ ਵੱਡੇ ਰਕਬੇ ਤੇ ਲੱਗਦੇ ਆ ਰੇੜੀ। ਤੇ ਕਣਕ ਦੇ ਵਿੱਚ ਜਿਹੜੀ ਸਾਡੀ ਹੈਗੀ ਆ PVW 826 ਵਰਾਇਟੀ ਆ, ਉਹ ਵੀ ਬਿਹਤਰ ਹੈ। ਤੇ ਇਸ ਸਾਲ ਇੱਕ ਯੂਨੀਵਰਸਿਟੀ ਨਵੀਂ ਵਰਾਇਟੀ ਬਾਸਮਤੀ ਰਿਲੀਜ਼ ਕਰੀ ਆ 1847, ਜਿਹੜੀ 1509 ਤੇ 1692 ਦਾ ਬਦਲ ਹੈ। ਤੇ ਇਹ ਵਰਾਇਟੀ ਵੀ ਬਹੁਤ ਅੱਛੀ ਆ, ਪਰ ਕਿਸਾਨ ਵੀਰ ਜਿਹਨਾਂ ਨੇ ਆਲੂ ਲਾਉਂਦੇ ਨੇ ਉਹ ਵਰਾਇਟੀ ਨੂੰ, ਉਹਨਾਂ ਨੂੰ PS 26 ਲਾ ਲੈਣੀ ਚਾਹੀਦੀ ਆ। ਤੇ ਬਾਸਮਤੀ ਜਦੋਂ ਅਸੀਂ ਗੇਤੀ ਲਾਉਂਦੇ ਹਾਂ ਤਾਂ ਉਹਨੂੰ ਫੁੱਟ ਰਾਉਟ ਦੀ ਬਹੁਤ ਪ੍ਰੋਬਲਮ ਆ, ਜੇ ਕਿਸੇ ਵੀ ਯੂਨੀਵਰਸਿਟੀ ਦੀ ਜਿਹੜੀ ਵਰਾਇਟੀ ਆ ਉਹ ਫੁੱਟ ਰਾਉਟ ਤੋਂ ਰਹਿਤ ਨਹੀਂ ਹੈਗੀ, ਉਹਦੇ ਲਈ ਯੂਨੀਵਰਸਿਟੀ ਦੀਆਂ ਜਿਹੜੀਆਂ ਰਿਕਮੈਂਡੇਸ਼ਨਾਂ ਨੇ ਵੀ ਉਹਨੂੰ ਬੀਜ ਨੂੰ ਸੋਧਣਾ, ਉਹ ਜਦੋਂ ਪਨੀਰੀ ਪੱਟਣੀ ਆ ਉਹਦੀਆਂ ਜੜ੍ਹਾਂ ਡਬੋਣੀਆਂ ਨੇ ਦਵਾਈ ਦੇ ਘੋਲ ਦੇ ਵਿੱਚ, ਤੇ ਜਿੰਨੀਆਂ ਵੀ ਯੂਨੀਵਰਸਿਟੀ ਦੀਆਂ ਰਿਕਮੈਂਡੇਸ਼ਨਾਂ ਨੇ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਜੇ ਅਸੀਂ PS 26 ਜੀਰੀ ਲਾਵਾਂਗੇ ਤਾਂ ਅੱਗੇ ਬਾਸਮਤੀਆਂ ਦੇ ਵਿੱਚ 1509, 1692 ਤੇ 1847 ਬਹੁਤ ਬਿਹਤਰ ਬੈਠੀਆਂ ਨੇ। ਇਹਨਾਂ ਸਾਡੇ ਪੰਜਾਬ ਦਾ ਪਾਣੀ ਬਚੂਗਾ, ਜਿੱਥੇ ਪੰਜਾਬ ਦਾ ਪਾਣੀ ਬਚੂਗਾ ਉੱਥੇ ਸਾਡੇ ਇੰਡੀਆ ਦੇ ਵਿੱਚ ਦੂਜੇ ਕੰਟਰੀ ਤੋਂ ਪੈਸੇ ਵੀ ਕਮਾ ਕੇ ਲੈ ਕੇ ਆਉਣਗੀਆਂ, ਜਿਹਦੇ ਨਾਲ ਭਾਰਤ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਡਾਲਰ ਨਾਲ ਭਰੂਗਾ ਜੀ, ਤੇ ਪੰਜਾਬ ਦਾ ਪਾਣੀ ਬਚੂਗਾ। ਤੇ ਜਿਹੜੀਆਂ ਸਾਹਿਬ ਜਿਵੇਂ ਸਿੱਧੀ ਬਿਜਾਈ ਦਾ ਜਿਹੜਾ ਅੱਜ ਦੀ ਤਰੀਕ 'ਚ ਹੁਣ ਟ੍ਰੈਂਡ ਵੱਧਦਾ ਜਾ ਰਿਹਾ, ਕਿਉਂਕਿ ਹੁਣ ਗੱਲ ਚੱਲਦੀ ਪਈ ਹੈ ਕਿ ਆਪਾਂ ਨੂੰ ਸਿੱਧੀ ਬਿਜਾਈ ਵੱਲ ਵੀ ਹੋਣਾ ਚਾਹੀਦਾ ਆ, ਤੇ ਸਿੱਧੀ ਬਿਜਾਈ ਵਾਲੀਆਂ ਵੀ ਜਿਹੜੀਆਂ ਤੁਸੀਂ ਰੈਕਮੈਂਡ ਕਿਹੜੀਆਂ ਕਰਦੇ, ਕਿਹੜੀ ਕਿਹੜੀਆਂ ਜ਼ਿਆਦਾ ਰੈਕਮੈਂਡ ਕਰਦੇ? ਹੁਣ ਤੱਕ ਜਿਹੜੀ ਅਸੀਂ ਸਿੱਧੀ ਬਿਜਾਈ ਕਰਦੇ ਤੇ ਵਿੱਚ ਮੇਨ ਪ੍ਰੋਬਲਮ ਸਾਨੂੰ ਨਦੀਨਾਂ ਦੀ ਆਉਂਦੀ ਸੀ, ਨਦੀਨਾਂ ਦੀ ਆਉਂਦੀ। ਤੇ ਇਸ ਸਾਲ IER ਨੇ 2 ਨਵੀਆਂ ਵੈਰਾਈਟੀਆਂ 1885 ਤੇ 1989 ਦੋ ਰਿਕਮੈਂਡ ਕਰੀਆਂ ਨੇ, ਜਿਨ੍ਹਾਂ ਦੇ ਉੱਤੇ ਦਵਾਈ ਦੀ ਰਿਕਮੈਂਡੇਸ਼ਨ ਆ ਗਈ ਨਦੀਨਾਸ਼ ਦੀ। ਉਹ ਜਿਹੜੀਆਂ ਦੋਨੇ ਵੈਰਾਈਟੀਆਂ ਨੇ ਉਹ ਜ਼ਿਆਦਾ ਵੱਡੇ ਰਕਬੇ ਦੇ ਉੱਤੇ ਬਾਸਮਤੀ ਦਾ ਚੱਲਣਗੀਆਂ ਸਿੱਧੀ ਬਿਜਾਈ। ਸਿੱਧੀ ਬਿਜਾਈ ਦੇ ਉੱਤੇ ਉਹ ਇਹ ਜਿਹੜੀਆਂ ਸੀਗੀਆਂ ਇਹ ਤੁਸੀਂ ਬਾਸਮਤੀ ਦੀਆਂ ਦੱਸ ਰਹੇ ਹੋ? ਇਹ ਬਾਸਮਤੀ ਦਾ ਦੱਸ ਰਹੇ ਹਾਂ, 1885 ਤੇ 1985। ਇਹ ਬਾਸਮਤੀ ਵਾਲੀਆਂ ਦਾ ਝਾੜ ਕਿੰਨਾ ਗਿਆ ਜੀ ਇਹਨਾਂ ਦਾ? ਇਹ ਤਕਰੀਬਨ ਐਵਰੇਜ ਕਹਿ ਸਕਦੇ ਵੀ 24-25 ਕੁਇੰਟਲ ਇਹਨਾਂ ਦਾ ਝਾੜ ਆ ਜਾਂਦਾ। ਝਾੜ ਆ ਜਾਂਦਾ, ਇਹ ਵਧੀਆ ਝਾੜ ਹੈ, ਵਧੀਆ ਝਾੜ, ਬੜੀਆ ਵਧੀਆ ਝਾੜ ਦੇ ਰਹੀਆਂ ਨੇ। ਤੋ ਇਹਦੇ ਇਹਦੇ ਤੋਂ ਇਲਾਵਾ ਤੁਸੀਂ ਕੋਈ ਜਿਹੜਾ ਅੱਗੋਂ ਜਿਹੜਾ ਸੀਜ਼ਨ ਸ਼ੁਰੂ ਹੋਣ ਲਿਆ ਆ ਉਹਦੇ ਲਈ ਕੋਈ ਸੁਨੇਹਾ ਦੇਣਾ ਚਾਹੁੰਦੇ ਕਿਸਾਨ ਭਰਾਵਾਂ ਨੂੰ? ਤੇ ਜ਼ਰੂਰ ਮੈਂ ਚਾਹੂੰਗਾ ਤੁਸੀਂ ਬੋਲੋ। ਮੈਂ ਸਮਝਦਾ ਵੀ ਜਿੰਨੀਆਂ ਵੀ ਯੂਨੀਵਰਸਿਟੀ ਨੇ ਜਿਹੜੀਆਂ ਵਰਾਇਟੀਆਂ ਰਿਕਮੈਂਡ ਕਰੀਆਂ ਨੇ ਬਾਸਮਤੀ ਦੀਆਂ ਜਾਂ IER ਨੇ ਰਿਕਮੈਂਡ, ਉਹਨਾਂ ਦਾ ਜਿਹੜਾ ਬੀਜ ਆ ਉਹਨੂੰ ਸੋਧਣਾ ਬੜਾ ਜ਼ਰੂਰੀ ਆ। ਤੇ ਇਹ ਜਿਹੜਾ ਫੁੱਟ ਰਾਉਟ ਦੀ ਪ੍ਰੋਬਲਮ ਆ ਜਿਹਨੂੰ ਅਸੀਂ ਝੰਡਾ ਰੋਗ ਕਹਿੰਦੇ ਹਾਂ, ਤੇ ਜਦੋਂ ਆ ਜਾਂਦਾ ਫਿਰ ਉਹਦਾ ਇਲਾਜ ਕਰਨਾ ਬੜਾ ਔਖਾ ਹੋ ਜਾਂਦਾ। ਇਸ ਕਰਕੇ ਜੇ ਅਸੀਂ ਸੀਡ ਟ੍ਰੀਟ ਕਰਕੇ ਲਾਵਾਂਗੇ ਤਾਂ ਇਹ ਤੋਂ ਅਸੀਂ ਬਚਾਅ ਕਰ ਸਕਦੇ ਹਾਂ, ਇਹ ਤੋਂ ਆਪਾਂ ਬਚਾਅ ਕਰ ਸਕਦੇ ਹਾਂ। ਸੋ ਜਿਹੜੀਆਂ ਵੀ ਗੱਲਾਂ ਆ ਉਹ ਜੜੀਆ ਸਾਹਿਬ ਨੇ ਸਾਡੇ ਨਾਲ ਬੜਮੁੱਲੀ ਜਿਹੜੀ ਜਾਣਕਾਰੀ ਸਾਂਝੀ ਕੀਤੀ। ਜੇਕਰ ਕਿਸੇ ਭੈਣ ਭਰਾ ਦਾ ਕੋਈ ਸਵਾਲ ਹੋਵੇ ਤੇ ਨੰਬਰ ਥੱਲੇ ਡਿਸਪਲੇ ਹੋ ਰਿਹਾ, ਤੁਸੀਂ ਦਿੱਤੇ ਹੋਏ ਨੰਬਰ ਦੇ ਉੱਤੇ ਜੜੀਆ ਸਾਹਿਬ ਦੇ ਨਾਲ ਗੱਲ ਕਰ ਸਕਦੇ ਆ ਔਰ ਇਹਨਾਂ ਤੋਂ ਆਪਣੇ ਸਵਾਲ ਜਿਹੜੇ ਆ ਉਹ ਪੁੱਛ ਸਕਦੇ ਆ ਕਿ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਈ ਸੀ ਤੇ ਅਸੀਂ ਕੀ ਕਰੀਏ। ਸੋ ਜੜੀਆ ਸਾਹਿਬ ਵਿਸਥਾਰ ਨਾਲ ਤੁਹਾਨੂੰ ਜਿਹੜੀ ਜਾਣਕਾਰੀ ਦੇਣਗੇ, ਕਿਉਂਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਔਰ ਇਹਨਾਂ ਦੇ ਜਿਹੜੇ ਕੰਮ ਕਰਨ ਦਾ ਜਿਹੜਾ ਤਰੀਕਾ ਆ ਉਹ ਬਹੁਤ ਬਾ ਕਮਾਲ ਤਰੀਕਾ ਆ। ਸੋ ਜੜੀਆ ਸੀਡ ਫਾਰਮ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆ ਔਰ ਇਹਨਾਂ ਤੋਂ ਜੇਕਰ ਤੁਹਾਡੀ ਕੋਈ ਵੀ ਸਮੱਸਿਆ ਹੈਗੀ ਆ ਆਉਣ ਵਾਲੇ ਸੀਜ਼ਨ ਨੂੰ ਲੈ ਕੇ ਉਹ ਤੁਸੀਂ ਆਪਣੀ ਸਾਂਝੀ ਕਰ ਸਕਦੇ ਆ। ਸੋ ਜੜੀਆ ਸਾਹਿਬ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ। ਸੋ ਜੁੜੇ ਰਹੋ ਜੀ PR ਪੰਜਾਬ ਦੇ ਨਾਲ, ਅੱਗੋਂ ਆਉਣ ਵਾਲੇ ਸੀਜ਼ਨ ਦੇ ਲਈ ਇਹ ਜਿਹੜੀ ਵੀਡੀਓ ਆ ਉਹ ਕਿਸੇ ਨਾ ਕਿਸੇ ਦੋਸਤ ਦੇ ਕੰਮ ਆ ਸਕਦੀ ਆ, ਸੋ ਇਹਨੂੰ ਸ਼ੇਅਰ ਕਰਨਾ ਨਾ ਭੁੱਲਣਾ। ਸੋ ਆਪ ਸਭ ਦਾ ਧੰਨਵਾਦ ਜੀ ਔਰ ਜੁੜੇ ਰਹੋ PR ਪੰਜਾਬ ਦੇ ਨਾਲ। ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਵਾਲਾ ਬਟਨ ਜ਼ਰੂਰ ਦਬ ਲਿਓ। ਸਤਿ ਸ਼੍ਰੀ ਅਕਾਲ, ਥੈਂਕ ਯੂ।